ਕੋਰੋਨਾ ਵਾਇਰਸ ਦੀ ਦਹਿਸ਼ਤ ਦੀ ਦਸਤਕ ਪੰਜਾਬ ਦੇ ਵਿੱਚ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਆ, ਜਿਹਦੇ ਚੱਲਦੇ ਪੰਜਾਬ ਸਰਕਾਰ ਦੁਆਰਾ ਅਹਿਤਿਆਤ ਦੇ ਤੌਰ ਤੇ ਹਰ ਤਰ੍ਹਾਂ ਦੇ ਪ੍ਰਯਾਸ ਕੀਤੇ ਜਾ ਰਹੇ ਹਨ। ਇਹਦੇ ਚੱਲਦੇ ਹੀ ਐਤਵਾਰ ਨੂੰ ਜਨਤਕ ਕਰਫਿਊ ਦਾ ਐਲਾਨ ਕੀਤਾ ਗਿਆ, ਜਿਹਦੇ ਚੱਲਦੇ ਜ਼ਿਲ੍ਹਾ ਜਲੰਧਰ ਦਾ ਗ੍ਰਾਇਆ ਸ਼ਹਿਰ ਪੂਰਨ ਰੂਪ ਦੇ ਨਾਲ ਬੰਦ ਨਜ਼ਰ ਆਇਆ। ਬੰਦ ਦੇ ਦੌਰਾਨ ਪੁਲਿਸ ਦੁਆਰਾ ਵੀ ਪੂਰੇ ਪ੍ਰਬੰਧ ਕੀਤੇ ਗਏ ਅਤੇ ਇਸ ਦੌਰਾਨ ਘਰਾਂ ਤੋਂ ਬਾਹਰ ਆਉਣ ਵਾਲੇ ਲੋਕਾਂ ਤੋਂ ਉਹਨਾਂ ਦੇ ਬਾਹਰ ਆਉਣ ਦੀ ਵਜ੍ਹਾ ਪੁੱਛ ਕੇ ਜਾਂਚ ਵੀ ਕੀਤੀ ਜਾ ਰਹੀ ਹੈ। ਮਾਨਯੋਗ DC ਸਾਹਿਬ ਜਲੰਧਰ ਵੱਲੋਂ ਜੋ ਜਨਤਕ ਬੰਦ ਦਾ ਐਲਾਨ ਕੀਤਾ ਗਿਆ, ਉਸ ਵਿੱਚ ਸਾਰੀ ਪਬਲਿਕ ਉਸ ਵਿੱਚ ਸਹਿਯੋਗ ਦੇ ਰਹੀ ਆ। ਸਾਰੇ ਬਾਜ਼ਾਰ, ਸਾਰੇ ਇੰਡਸਟਰੀ, ਸਾਰੇ ਦੁਕਾਨਾਂ ਸਾਰੀਆਂ ਬੰਦ ਨੇ, ਸਾਰੀ ਪਬਲਿਕ ਸਹਿਯੋਗ ਦੇ ਰਹੀ ਆ। ਕੋਈ ਵੀ ਵਿਅਕਤੀ ਜਿਹੜਾ ਨਜਾਇਜ਼ ਘੁੰਮਦਾ ਪਾਇਆ ਜਾਊਗਾ, ਉਹਨੂੰ ਪੁਲਿਸ ਪ੍ਰਸ਼ਾਸਨ ਉਹਨੂੰ ਚੈੱਕਅਪ ਕਰਨ ਤੋਂ ਬਾਅਦ ਹੀ ਛੱਡੂਗਾ। ਜੇ ਕੋਈ ਨਜਾਇਜ਼ ਘੁੰਮਦਾ ਪਾਇਆ ਗਿਆ, ਉਹਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਊਗੀ। ਪਬਲਿਕ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਉਹ ਇਸ ਜਨਤਕ ਬੰਦ ਵਿੱਚ ਸਹਿਯੋਗ ਦੇਣ ਤਾਂ ਕਿ ਸਾਰੇ ਸਥਿਤੀ ਨੂੰ ਕੰਟਰੋਲ ਕੀਤਾ ਜਾ ਸਕੇ। ਅੱਜ ਸਰਕਾਰ ਦੇ ਹੁਕਮਾਂ ਅਨੁਸਾਰ ਜਨਤਕ ਕਰਫਿਊ ਦੇ ਸੰਬੰਧ ਵਿੱਚ ਲੋਕਾਂ ਨੇ ਬਹੁਤ ਹੀ ਭਰਮਾ ਹੁੰਗਾਰਾ ਦਿੱਤਾ। ਗ੍ਰਾਂ ਏਰੀਏ ਦੇ ਬਹੁਤ ਸੂਝਵਾਨ ਵਿਅਕਤੀਆਂ ਨੇ ਬਹੁਤ ਜ਼ਿਆਦਾ ਇਸ ਚੀਜ਼ ਨੂੰ ਅਪਣਾ ਕੇ ਕੋਈ ਵੀ ਦੁਕਾਨ, ਕੋਈ ਟਰਾਲੀ, ਟਰੈਕਟਰ, ਗੱਡੀ, ਸਕੂਟਰ, ਮੋਟਰਸਾਈਕਲ, ਕਾਰ ਵਗੈਰਾ ਨਹੀਂ ਚੱਲ ਰਹੀ, ਟੋਟਲ ਹੀ ਬੰਦ ਹੈ। ਇਸ ਲਈ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਸਾਰੇ ਹੀ ਆਪਣੇ ਘਰਾਂ ਦੇ ਵਿੱਚ ਬੈਠ ਕੇ ਆਪਣੇ ਘਰ ਦੇ ਵਿੱਚ ਹੀ ਰਹੋ। ਉਸ ਤੋਂ ਬਾਅਦ ਜੋ ਕੋਈ ਅਗਲਾ ਹੁਕਮ ਹੋਊਗਾ ਆਪ ਨੂੰ ਦੱਸਿਆ ਜਾਊਗਾ।